ਹਾਂਜੀ ਵੀਰ ਜੀ, ਸਾਰੇ ਵੀਰ ਸਤਿ ਸ਼੍ਰੀ ਅਕਾਲ ਜੀ। ਅੱਜ ਵੀਰ ਜੀ ਫਿਰ ਇੱਕ ਵਾਰ ਮਨਦੀਪ ਸਿੰਘ ਜੀ ਘਰ ਆਏ ਜੀ, ਅਤੇ ਇਹਨਾਂ ਕੋਲ ਕੁਛ ਕੁ ਐਨੀਮਲ ਸੇਲ ਹੈ ਜੀ, ਅਤੇ ਹੁਣ ਇਹਨਾਂ ਵੀਰ ਜੀ ਨਾਲ ਗੱਲਬਾਤ ਕਰਾਂਗੇ ਜੀ ਕੀ ਰੇਟ ਇਹਨਾਂ ਦਾ ਅਤੇ ਮਿਲਕ ਕਿੰਨੇ ਦਾ ਕਿੰਨਾ ਜੀ। ਠੀਕ ਹੈ ਜੀ, ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਜ਼ਰੂਰ ਕਹਿਣਾ ਚਾਹੁੰਦਾ, ਕਿਸੇ ਵੀਰ ਨੇ ਵੀਡੀਓ ਬਣਾਈ ਹੋਵੇ ਜੀ ਤੁਸੀਂ ਮੇਰੇ ਨੰਬਰ ਸੈਂਡ ਕਰ ਸਕਦੇ ਹੋ ਜੀ। ਠੀਕ ਹੈ, ਨੰਬਰ ਮੇਰਾ 70094992 ਇਹ ਮੇਰਾ ਵਟਸਐਪ ਨੰਬਰ ਆ, ਤਾਂ ਕਿ ਸਹੀ ਢੰਗ ਨਾਲ ਵੀਰ ਜੀ ਵੀਡੀਓ ਬਣਾਓ, ਜਿਹੜਾ ਕਿਸੇ ਨੂੰ ਦਿੱਕਤ ਨਾ ਹੋਵੇ ਟੇਢਾ ਫੋਨ ਕਰਕੇ ਬਣਾਓ। ਠੀਕ ਹੈ ਜੀ ਵੀਰ ਜੀ, ਤਾਂ ਹੁਣ ਆਪਾਂ ਇਹਨਾਂ ਵੀਰ ਜੀ ਨਾਲ ਗੱਲਬਾਤ ਕਰਾਂਗੇ ਇਹਨਾਂ ਓਨਰ ਨਾਲ। ਠੀਕ ਹੈ ਜੀ, ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਪਹਿਲਾਂ ਤਾਂ ਆਪਦੇ ਬਾਰੇ ਡਿਟੇਲ ਦੱਸੋ ਸਾਰੇ ਜੀ। ਨਾਮ ਮੇਰਾ ਮਨਜੀਤ ਸਿੰਘ ਹੈ ਜੀ, ਪਿੰਡ ਲਹਿਰਾ ਰੋਈ, ਜ਼ਿਲ੍ਹਾ ਫਿਰੋਜ਼ਪੁਰ ਜੀ। ਅੱਛਾ ਜੀ, ਠੀਕ ਹੈ, ਤਹਿਸੀਲ ਜੀਰਾ। ਠੀਕ ਹੈ, ਅਤੇ ਵੀਰ ਜੀ ਨੰਬਰ ਵੀ ਬੋਲ ਦਿਓ ਆਪਦਾ ਜੀ। ਨੰਬਰ ਮੇਰਾ 8830 3419। ਇੱਕ ਵਾਰ ਫਿਰ ਬੋਲ ਦਿਓ ਜੀ, 8830 3419। ਠੀਕ ਹੈ, ਅਤੇ ਵੀਰ ਜੀ ਹੁਣ ਦੱਸੋ ਆਪਣੇ ਕਿਹੜੇ ਐਨੀਮਲ ਸੇਲ ਆ ਜੀ? ਆਪਣੇ ਕੋਲ 4 ਵੈੜਾ ਸੇਲ ਆ ਜੀ, ਇੱਕ ਝੋਟੀ ਆ। ਅੱਛਾ, ਇੱਕ ਝੋਟੀ ਆ, ਠੀਕ ਹੈ। ਚਲੋ ਪਹਿਲਾਂ ਇੱਥੋਂ ਸ਼ੁਰੂ ਕਰੋ ਜੀ। ਵੀਰ ਜੀ ਕਿਵੇਂ ਸੋਏ ਜੀ ਇਹ? ਇਹ ਪਹਿਲੇ ਨਾ ਵੀਰੇ ਸੋਣਾ ਜੀ। ਪਹਿਲੇ ਸੋਣਾ ਹੈ ਜੀ? ਹਾਂਜੀ ਸੋਣਾ ਜੀ। ਠੀਕ ਹੈ ਜੀ, ਤੇ ਕਿੰਨਾ ਟਾਈਮ ਲੈਂਦੀ ਵੀਰ ਜੀ ਇਹ? ਲੈ ਜੂਗੀ ਵੀਰੇ ਹਫਤੇ ਦੇ ਲਈ। ਹਫਤਾ ਲੈ ਜੂ? ਤੁਸੀਂ ਸੇਲ ਪਰ ਜਿਹੜਾ ਕੰਮ ਕਰਦੇ? ਹਾਂਜੀ ਸੇਲ ਪਰ। ਠੀਕ ਹੈ ਜੀ, ਹਫਤਾ ਲੈ ਜੂ ਬਿਲਕੁਲ, ਹੈ ਜੀ। ਠੀਕ ਹੈ, ਤੇ ਕੋਈ ਇਹਦਾ ਪਿਛਲਾ ਕੋਈ ਰਿਕਾਰਡ ਪਤਾ ਕੀਤਾ ਹੋਵੇ ਇਹਦੀ ਮਦਰ ਦਾ? ਜੇ ਕੋਈ ਨਹੀਂ ਪਤਾ ਕੀਤਾ, ਕੋਈ ਸਿਮਨ ਸੁਮਨ ਭਰਾਇਆ ਕੋਈ ਨਹੀਂ ਪਤਾ ਕੀਤਾ? ਠੀਕ ਹੈ, ਚਲੋ ਫਿਰ ਇਹਨੂੰ ਖੋਲੋ ਜੀ, ਫਿਰ ਤੋਲੋ ਇਹਨੂੰ ਫਿਰ ਮਾੜਾ ਜਿਹਾ। ਬਿਲਕੁਲ ਸੀਲ ਆ, ਗਰਮ ਨਹੀਂ ਗੀ ਬਿਲਕੁਲ, ਹੈ ਜੀ। ਠੀਕ ਹੈ, ਹਾਂ ਠੀਕ ਠੀਕ, ਹੌਲੀ 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 ਦਿਓ ਜੀ, ਹੌਲੀ ਥੋੜ੍ਹਾ। ਥਾਂ ਥੋਂ ਦੀ ਬਿਲਕੁਲ ਗਰੰਟੀ ਤੁਹਾਡੀ? 101% ਗਰੰਟੀ ਵੀਰੇ। ਠੀਕ ਹੈ, ਇੱਕ ਮਿੰਟ ਬਾਬਾ, ਕੋਈ ਨਹੀਂ ਜੀ, ਇੱਥੇ ਰੱਖਿਆ, ਚਲੋ ਲੈ ਜਾਓ ਜੀ, ਕੋਈ ਨਹੀਂ। ਮੂੰਹ ਖੀਰੀ ਹੈ ਜੀ ਕਿ ਨਹੀਂ ਜੀ? ਅੱਛਾ ਜੀ, ਠੀਕ। ਚਲੋ ਵੀਰ ਜੀ, ਫਿਰ ਇਹਦਾ ਮੁੱਲ ਕੀ ਹੈ ਜੀ? ਇਹਦਾ ਮੁੱਲ ਪਹਿਲਾਂ ਵੀਰੇ 30,000 ਦੀ ਦਿੰਦੇ। ਬਿਲਕੁਲ ਸਹੀ ਰੇਟ ਹੈ ਜੀ। ਠੀਕ ਹੈ ਜੀ, ਕੋਈ ਮਾਨ ਤਾਂ ਬਿਲਕੁਲ ਕਰੋਗੇ ਜੀ? ਵੀਰੇ ਆਪਾਂ ਐਵੇਂ ਕਹਿ ਰਹੇ ਮੁੱਲ ਕਰਨ ਜਿੰਨਾ ਮਰਜ਼ੀ ਕਰਿਆ, 30,000 ਦੀ ਦੇਣੀ ਮੁੱਲ ਜਿੰਨਾ ਮਰਜ਼ੀ ਕਰਿਆ। ਅੱਛਾ, 30,000 ਦੇਣੀ ਆ, ਹਾਂ ਚਲੋ ਕੋਈ ਗੱਲ ਨਹੀਂ ਜੀ। ਚਲੋ ਨੰਬਰ 2 ਵਾਲੀ ਗੱਲ ਕਰਿਆ ਜੀ, ਇਹ ਕਿਵੇਂ ਸੂਏ ਜੀ ਇਹ? ਪਹਿਲਾਂ ਸੂਏ ਜੀ, ਪਹਿਲਾਂ ਨੂੰ ਸੁਣਾ ਸੂਈ ਆ, ਸੂਈ ਆ, ਠੀਕ। ਅਤੇ ਕਿੰਨਾ ਟਾਈਮ ਹੋ ਗਿਆ ਵੀਰ ਜੀ? 4 ਦਿਨ ਹੋ ਗਏ। 4 ਦਿਨ ਹੋਇਆ ਇਸ ਸੂਈ ਨੂੰ, ਅਤੇ ਮਗਰ ਦੇ ਬੱਚਾ ਕਿ ਬੱਚੀ ਜੀ? ਬੱਚਾ ਵੀਰੇ। ਬੱਚਾ, ਠੀਕ। ਅਤੇ ਇਸ ਟਾਈਮ ਫਿਰ ਦੁੱਧ ਕਿੰਨਾ ਜੀ ਥੱਲੇ? ਥੱਲੇ ਵੀਰੇ 10 ਕਿਲੋ। 10 ਕਿਲੋ ਪੂਰਾ ਨੈੱਟ ਦੁੱਧ ਹੈ ਜੀ? 10 ਕਿਲੋ। ਅਤੇ ਵੀਰ ਜੀ ਇਹ ਕਰੋਸ ਆ ਗਈ ਜੀ ਇਹ? ਹਾਂ ਵੀਰੇ ਕਰੋਸ ਹੈ। ਠੀਕ ਹੈ, ਅਤੇ ਇਹ ਮੂੰਹ ਕਿਵੇਂ ਜੀ ਇਹ? ਕੋਈ ਨਹੀਂ ਯਾਰ, ਵੇਖੀ ਹਜੇ, ਚੈੱਕ ਨਹੀਂ ਕੀਤੀ। ਠੀਕ ਹੈ, ਅਤੇ ਤੁਸੀਂ ਚੈੱਕ ਕਰਨਾ ਹੀ ਸੀ ਨਾ ਜੀ? ਚਲੋ ਕੋਈ ਨਹੀਂ, ਇਹਨਾਂ ਨੂੰ ਖੋਲਿਆ ਜੀ, ਨਹੀਂ ਫਿਰ ਮਾੜਾ ਮਾੜਾ, ਚਲੋ ਆਪਾਂ ਨੂੰ ਹਾਂਜੀ ਦੇਖੋ ਜੀ, ਵੈੜ ਕੁਆਲਿਟੀ ਦੇਖੋ, ਬਿਲਕੁਲ ਕਰੋਸ ਆ ਜੀ, ਸੀਲ ਠੰਡੀ ਪੂਰੀ ਕਰੋ ਜੀ, ਪੂਰੀ ਪੂਰੀ ਵੀਰੇ, ਹੱਥ ਉੱਤੇ ਲਾ ਕੇ ਵਿਖਾ ਦਿਓ ਮਾੜਾ, ਖੜਾ ਕੇ ਨਾ ਜੀ, ਹੱਥ ਉੱਤੇ ਲਾ ਕੇ ਚੁਆਈ ਜੀ, ਨਵਾਂ ਪੂਰੇ ਆਪਾਂ ਉੱਤੇ ਧਾਰਾ ਮਾਰ ਕੇ ਵਿਖਾ ਦਿਓ, ਨਹੀਂ ਬਿਲਕੁਲ ਬਹਿਣਾ, ਫਿਰ ਸਾਰੀ ਚੀਜ਼ ਵਿਖਾਈ ਜੀ, ਕਿਸੇ ਨੂੰ ਦਿੱਕਤ ਨਾ ਆਵੇ, ਜਿਹੜੇ ਬੰਦੇ ਨੇ ਵੀ ਆਉਣਾ ਨਾ ਵੀਰੇ, ਭਲੇ 2 ਟਨ ਚੋਗੇ ਵੇਖ ਕੇ ਜਾਂਦੇ, ਹਾਂ ਜੀ ਬਿਲਕੁਲ। ਚਲੋ 2 ਕਿਲੋ 2 ਕਿਲੋ ਘੱਟ ਹੋ ਜਾਓ, ਵੱਖਰੀ ਗੱਲ ਹੈ, ਪਰ ਬਾਕੀ ਸੀਲ ਹੋਵੇ ਮਾੜਾ, ਹੱਥ ਲਾ ਕੇ ਵਿਖਾ ਲਿਆ ਜੇ, ਥਾਂ ਥੁਣਾ ਮਾੜੀ ਚੰਗੀ ਤਰ੍ਹਾਂ, ਹਾਂਜੀ ਠੀਕ ਠੀਕ ਹੈ ਜੀ, ਚਵਾਈ ਬਹੁਤ ਚੰਗੀ ਵੈੜ ਦੀ, ਠੀਕ ਠੀਕ। ਚਲੋ ਇਹਦਾ ਕੀ ਮੁੱਲ ਹੈ ਜੀ? ਇਹ ਵੀਰੇ 35,000 ਰੁਪਏ ਦੀ ਦੇਣੀ। ਇਹ 35,000 ਦੇਣੀ ਹੈ, ਠੀਕ ਹੈ, ਚਲੋ ਨੰਬਰ 3 ਨਾਲ ਇਹਦੇ ਆ ਜਾਓ ਜੀ। ਚਲੋ ਅਤੇ ਵੀਰ ਜੀ ਇਹ ਕਿਵੇਂ ਸੂਏ ਜੀ? ਇਹ ਵੀਰੇ ਮੂੰਹ ਛਿੱਗੀ ਆ, ਠੀਕ ਹੈ, ਸੂਆ ਸੂਈ ਆ। ਅੱਛਾ, ਪਹਿਲਾਂ ਸੂਈ ਆ ਜੀ, ਮੂੰਹ ਛਿੱਗੀ ਆ ਤੇ 6 ਦਿਨ ਦਾ, ਠੀਕ ਹੈ ਜੀ। ਤੇ ਇਹਨੂੰ ਸੂਈ ਹੈ ਜੀ ਇਹ? ਹਾਂ ਸੂਈ ਆ। ਇਹਨੂੰ ਕਿੰਨਾ ਟਾਈਮ ਹੋਇਆ ਸੂਈ ਨੂੰ? 5ਵਾਂ ਦੇਣਾ ਅੱਜ, 18 ਕਿਲੋ ਦੁੱਧ ਤਿਆਰ ਹੈ ਜੀ, 18 ਕਿਲੋ ਪੂਰਾ ਨੈੱਟ, ਹਾਂ ਨੈੱਟ 18 ਕਿਲੋ ਦੁੱਧ ਤਿਆਰ, ਆਪਾਂ ਚਵਾ ਕੇ ਵੀ ਦੇਵਾਂਗੇ। ਤੇ ਮਗਰ ਇਹਦਾ ਕੀ ਹੈ ਜੀ? ਮਗਰ ਇਹਦੇ ਬੱਚਾ ਜੀ, ਚਲੋ ਬੱਚੇ ਬਾਅਦ ਵਿਖਾ ਦੇ ਜੀ, ਬੱਚਾ ਆ ਗਿਆ ਜੀ, ਠੀਕ ਹੈ, ਚਲੋ ਇਹਨੂੰ ਵੀ ਤੋਰੋ ਫਿਰ ਵੀਰ ਜੀ, ਇਹ ਵੀ ਬਿਲਕੁਲ ਸੀਲ ਠੰਡੀ ਹੈ ਜੀ, ਪੂਰੀ ਵੀਰੇ ਪੂਰੀ, ਠੀਕ 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 ਠੀਕ, ਹੌਲੀ ਜੀ ਹੌਲੀ ਹੌਲੀ ਹੌਲੀ, ਪਿਆਰ ਨਾ ਪਿਆਰ, ਹਾਂਜੀ ਲਿਆਓ ਜੀ ਲਿਆਓ। ਬੰਦ ਹੋ ਵੀਰ ਜੀ ਨੂੰ ਬੰਦ। ਅਤੇ ਇਹਦਾ ਕੀ ਰੇਟ ਹੈ ਜੀ? ਵੀਰੇ ਆਪਾਂ 55,000 ਰੁਪਏ ਦੇ ਦੇਵਾਂਗੇ। ਅੱਛਾ, 55,000 ਰੁਪਏ, ਹਾਂ 55,000। ਥਾਂ ਥੂਣ ਬਿਲਕੁਲ ਓਕੇ ਹੈ ਜੀ? ਹਾਂਜੀ ਓਕੇ, ਪੂਰੀ ਸੀਲ ਪੂਰੀ ਚਵਾਈ ਚੰਗੀ ਵਾਲਾ ਥਾਣਾ, ਕੋਈ ਉਹ ਜੀ ਗੱਲਬਾਤ ਨਹੀਂ ਜੀ। ਅਤੇ ਤੁਹਾਡੇ ਸਾਹਮਣੇ ਫਿਰ ਕਿੰਨਾ ਦੁੱਧ ਕੱਢੂ ਜੀ? ਵੀਰੇ ਕੱਢੂਗੀ 22-23 ਕਿਲੋ। 22-23, ਹਾਂ ਚਲੋ ਨੰਬਰ 4 'ਤੇ ਆ ਜਾਓ ਜੀ ਹੁਣ। ਇਹ ਸੇਲ ਹੋਈ ਵੀ? ਅੱਛਾ ਸੇਲ ਹੋ ਚੁੱਕੀ ਹੈ ਜੀ, ਚਲੋ ਫਿਰ ਇਹਦੇ ਬਾਰੇ ਪੱਕੀ ਗੱਲ ਕਰਨੀ। ਹਾਂਜੀ ਸੇਲ ਹੋ ਚੁੱਕੀ ਹੈ। ਕਿੰਨੇ ਵੇਗੀ ਜੀ? ਇਹ ਵੀਰੇ 32,000 ਦੀ। ਅੱਛਾ 32,000 ਦੀ, ਠੀਕ ਹੈ ਜੀ,
ਚਲੋ ਕੋਈ ਨਹੀਂ ਤੇ ਆਹ ਝੋਟੀ ਦੱਸਾ ਜੀ ਫਿਰ ਇਹ ਪਹਿਲੇ ਝੋਟੀ ਹੈ ਵੀਰੇ ਸਵੀਟ ਹੋ ਗਏ 20 ਦਿਨ ਮਗਰ ਨੀਲੀ ਰਾਵੀ ਦੀ ਕੱਟੀ ਹੈ ਤੇ 8 ਕਿਲੋ ਦੁੱਧ ਤਿਆਰ ਹੈ ਅੱਛਾ 8 ਕਿਲੋ ਦਾ ਤਿਆਰ ਹਾਂ ਪੂਰਾ 8 ਕਿਲੋ ਹੈ ਜੀ ਹਾਂ ਮੂੰਹੋਂ ਦੋ ਦੰਦ ਦਾ ਮੂੰਹੋਂ ਦੋ ਦੰਦ ਦਾ ਤੇ ਇਹਨੂੰ ਵੀ ਖੋਲਿਆ ਜੀ ਫਿਰ ਜੀ ਬੱਚਿਆਂ ਦਾ ਆ ਗਿਆ ਜੀ ਬੱਚਾ ਨੀਲੀ ਰਾਵੀ ਅੱਛਾ ਬੱਚਾ ਕੱਟੀ ਹੈ ਨੀਲੀ ਰਾਵੀ ਹੈ ਜੀ ਹਾਂ ਠੀਕ ਠੀਕ ਲੈ ਜੀ ਲੈ ਜੀ 8 ਕਿਲੋ ਦਾ ਕੱਦ ਕੱਦ ਦਾ ਬਾਡੀ ਚਲੋ ਵੈਸੇ ਥੋੜਾ ਲਿਸਪਣੇ ਦਿਆ ਉਹ ਹਾਈਟ ਪੂਰੀ ਚੰਗੀ ਆ ਹਾਂਜੀ ਹਾਂ ਅਗਲੇ ਸੂਹੇ ਬਣੂਗੀ ਪਰ ਮੜਾ ਲੇਵਾ ਟਾਇਟ ਰੱਖਦੀ ਆ ਦੁੱਧ ਜਿੰਨਾ ਕਹਿਦਾ ਆਪਾਂ ਉਹਨਾਂ ਕੱਢੂਗੀ ਭਲਾ ਜੀ ਦੋ ਡੰਗ ਚੋਂ ਭਲਾ ਚਾਰ ਡੰਗ ਚੋਂ ਠੀਕ ਹੈ ਜੀ ਇੰਨੇ ਕੱਢ ਦੋਗੇ ਹੈ ਜੀ ਹਾਂ 8 ਕਿਲੋ ਕਹਿਦਾ 8 ਹੀ ਕੱਢੂਗੀ ਆਪਾਂ ਹਾਂਜੀ ਹਾਂ ਬਿਲਕੁਲ ਦੁੱਧ ਵਧੂਗੀ ਦਊਗੀ 9.5-10 ਕਿਲੋ ਆਰਾਮ ਨਾਲ ਚਲੋ ਬੰਦ ਵੀਰ ਜੀ ਨੂੰ ਵੀ ਤੇ ਵੀਰ ਜੀ ਇਹਦਾ ਕੀ ਮੁੱਲ ਹੈ ਜੀ ਇਹ ਵੀਰੇ 55,000 ਰੁਪਏ ਦੀ ਦੇਣੀ ਆ 55,000 ਦੀ ਹੈ ਜੀ ਹਾਂ ਠੀਕ ਹੈ ਨਹੀਂ ਤੁਹਾਡੇ ਐਨੀਮਲ ਤੁਹਾਡੇ ਸਾਰੇ ਸੁਣੇ ਜੀ ਅਤੇ ਨੰਬਰ ਤੁਹਾਡਾ ਬੋਲ ਹੀ ਦਿੱਤਾ ਅਤੇ ਹੁਣ ਤੁਸੀਂ ਆ ਫੋਨ ਆਉਂਦਾ ਹੁਣ ਰੱਖਿਆ ਜੇ ਕਿਸੇ ਵੀਰ ਨੇ ਲੋੜ ਹੋਵੇ ਤੁਹਾਡੇ ਨਾਲ ਕੰਟੈਕਟ ਕਰ ਲੈਣਗੇ ਠੀਕ ਹੈ ਜੀ ਠੀਕ ਹੈ ਹਾਂਜੀ ਹਾਂ ਚਲੋ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ